ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਤੀ ਹੋ ਗਈ ਹੈ ਬਾਰਿਸ਼, ਫੀਮੇਲਾਂ ਹੀਟ 'ਤੇ ਆ ਅਤੇ ਇਹਦੀਆਂ ਵੱਖਰੀਆਂ ਆਵਾਜ਼ਾਂ ਨਿਕਲਦੀਆਂ। ਇਹਨੂੰ ਇਹ ਹੈ ਕਿ ਤੁਹਾਨੂੰ ਕੀ ਦੱਸਾਂ, ਵੀਡੀਓ ਦੇ ਵਿੱਚ ਇਹ ਆਪਣੀ ਮੌਜ ਦੇ ਵਿੱਚ ਆ। ਹੜੇ ਬੰਦਾ ਬਣ ਆਹ ਦੇਖੋ, ਰਾਤੀ ਡਕੋਟਾ ਇੱਥੇ ਬੰਨਿਆ ਸੀਗਾ ਅਤੇ ਡਕੋਟੇ ਨੇ ਕੀ ਖਿਲਾਰਾ ਪਾਇਆ ਅਤੇ 2 ਵਜੇ ਆ ਗਿਆ ਮੀਂਹ। ਅਸੀਂ ਆਪਣੇ ਹਿਸਾਬ ਨਾਲ ਸਾਰੇ ਬਾਹਰ ਬੰਨ ਕੇ ਬੈਠੇ ਸੀਗੇ, ਗਰਮੀਆਂ ਵਾ ਹੁਣ, ਖੁੱਲ੍ਹੇ ਛੱਡਿਆ ਕਰੀਏ ਬਾਹਰ, ਅਤੇ ਉਹ ਰਾਤੀ ਇੱਕ ਅੱਧੇ ਨਾਲ ਬੰਨਣਾ ਪੈਂਦਾ ਕਿਉਂਕਿ ਉਹ ਕੰਧ ਟੱਪ ਜਾਂਦੇ ਆ। ਹੁਣ ਆ ਦੇਖੋ ਕਿੱਡੀ ਉੱਚੀ ਕੰਧ ਆ, ਅਤੇ ਸਾਡੇ 2-3 ਜਾਨਵਰ ਜਿਹੜੇ ਇਹਨੂੰ ਟੱਪ ਕੇ ਬਾਹਰ ਭੱਜ ਜਾਂਦੇ ਆ, ਅਤੇ ਮੇਰੇ ਖਿਆਲ ਘੱਟੋ ਘੱਟ 11-12 ਫੁੱਟ ਦੀ ਕੰਧ ਹੋਣੀ ਆ। ਅਤੇ ਕਈ ਵਾਰੀ ਮੈਂ ਲੋਕਾਂ ਦੇ ਕੁੱਤੇ ਉਹ ਏਡੀ ਨਿੱਕੀ 3-3 ਫੁੱਟ ਦੀ ਕੰਧ ਨਹੀਂ ਟੱਪਦੇ, ਅਤੇ ਸਾਨੂੰ ਇਸ ਕੰਧ ਤੋਂ ਵੀ ਹੁਣ ਕੰਧ ਉੱਚੀ ਕਰਨੀ ਪੈਣੀ ਆ, ਜਾਂ ਉੱਪਰ ਕੋਈ ਨਾ ਕੋਈ ਜੰਗਲਾ ਲਵਾਵਾਂਗੇ ਕੰਧ 'ਤੇ। ਰੋਹਿਤ ਉਹਨੂੰ ਫੜ ਰਜੀਏ, ਨੂੰ ਲਿਆ ਇੱਥੇ ਬਾਹਰ ਮਾੜਾ ਨਾ, ਬਾਹਰ ਲਿਆ ਲਿਆ ਖੋਲ੍ਹ ਕੇ, ਅਤੇ ਮੁੜ ਕੇ ਇੱਥੋਂ 4 ਦਿਨ ਲੈ ਜਾਵਾਂਗੇ, ਨਾਲ 4 ਦਿਨ ਘੁੰਮਾ ਲਿਆਵਾਂਗੇ। ਅਤੇ ਰਜ਼ੀਆ ਇਹ ਰਾਤੀ ਹੁੰਦੀ ਸਾਡੇ ਬੂਹੇ ਦੇ ਅੱਗੇ, ਇੱਥੇ ਹੁੰਦੀ ਸਾਡੀ ਜੈਡ ਸਿਕਿਉਰਿਟੀ, ਅਤੇ ਬੇਗਮ ਤਾਂ ਨਹੀਂ, ਬੇਗਮ ਜ਼ਿਆਦਾ ਅਗਰੈਸਿਵ ਕਰਕੇ ਬੇਗਮ ਨਹੀਂ ਬੰਨੀ ਦੀ, ਕਿਤੇ ਖੁੱਲ੍ਹ ਵੀ ਸਕਦਾ ਜਾਨਵਰ। ਅਤੇ ਉਹ ਮਤਲਬ ਇਸ ਟਾਈਮ ਰੋਹਿਤ ਤੋਂ ਕੀ ਗੱਲ ਆ, ਇਹ ਫੀਮੇਲਾਂ ਹੀਟ 'ਤੇ ਔਨ ਕਰਕੇ ਨਾ ਥੋੜ੍ਹਾ ਜਿਹਾ ਅੱਗੇ ਨਾਲੋਂ ਅਗਰੈਸਿਵ ਹੋਇਆ ਪਿਆ ਵਾ। ਹਾਂ ਕੀ ਗੱਲ, ਖੜਦੇ ਤੈਨੂੰ ਖੜਦੇ ਆ, ਇਹਨੂੰ ਬਾਹਰ ਜਾਣ ਦੀ ਕਾਹਲੀ ਪਈ ਹੈ। ਕੀ ਗੱਲ ਆ, ਪਤਾ ਪੈਣ ਹਾਂ ਹਾਂ ਦੇਖੋ ਇਹਨੂੰ ਬਸ ਚੱਲ ਚੱਲ ਥੱਲੇ ਚੱਲ ਚੱਲ ਥੱਲੇ ਚੱਲ ਲਿਆ, ਤੂੰ ਇਹਨੂੰ ਬਾਅਦ 'ਚ ਖੜਦੇ ਬਾਹਰ, ਲੈ ਰਜ਼ੀਆ ਲਿਆ ਮੇਰਾ। ਖਲੋ ਜਾ, ਸਬਰ ਕਰ ਲਾ ਹਾਂ, ਚੱਲ ਚੱਲ ਰਜ਼ੀਆ ਚੱਲ ਬਸ ਆਹੋ ਇੱਧਰ ਪੱਧਰ ਛਿੜਕ ਅੜਕ ਮਾਲਾ, ਉੱਧਰ ਗਾਰਾ ਬਹੁਤ ਆ। ਇੱਕ ਲੋ ਆ ਕਿ ਬੱਜੀ ਮਾਸਾ ਜਿੰਨਾ ਗੰਦ ਤੱਕ ਨਹੀਂ ਪਾਉਂਦੀ ਗਾ ਹੁਣ, ਰੱਸੇ ਉੱਧਰ ਪਏ ਕਿੱਥੇ ਆ, ਚੱਲ ਮੈਂ ਉੱਧਰ ਮੜਾਇਆ, ਦੂਜੇ ਜਾਨਵਰ ਸਾਰੇ ਉੱਧਰ ਆ। ਮੀਂਹ ਕਰਕੇ ਬਹੁਤ ਤੰਗੀ ਆ ਰਹੀ, ਕੈਨਲ ਦਾ ਕੰਮ ਸ਼ੁਰੂ ਹੋਣਾ ਅਜੇ 4-5 ਦਿਨ ਤੱਕ। ਉਹ ਰੋਹੀ ਤਾਂ ਰੋਟੀਆਂ ਬਾਹਰ ਹੀ ਪਈਆਂ ਰਹਿ ਗਈਆਂ ਰਾਤੀ ਹੋਏ, ਉਹ ਦੇਖੋ ਉਹਨੂੰ ਸਮੈਲ ਆ ਰਹੀ ਉੱਧਰੋਂ, ਉਹ ਕੰਧ ਵਾਲੇ ਪਾਸਿਓਂ ਜਾ ਰਿਹਾ ਉੱਧਰ ਨੂੰ। ਕੀ ਗੱਲ ਆ, ਹੂੰ ਹੂੰ ਹੂੰ
ਇੰਨਾ ਦੂਰ ਨੂੰ ਇੱਧਰ ਡਾਕਟਰ ਆਏਗਾ, ਰਾਤੀ ਬਹੁਤ ਤੇਜ਼ ਮੀਂਹ ਆ, ਗੋਲਡਨ ਅੱਗੇ ਨਾ ਹੋ ਗਿਆ ਕੈਮ, ਬਹੁਤ ਲਿੱਸਾ ਕਰਕੇ ਭੇਜਿਆ ਸੀਗਾ, ਹੁਣ ਤਾਂ ਬਿਲਕੁਲ ਸੈੱਟ ਹੋ ਗਿਆ ਯਾਰ। ਮੈਨੂੰ ਇਹ ਕੋਲੋਂ ਬਹੁਤ ਜਦੋਂ ਦੇਖਦਾ ਨਾ ਮੈਨੂੰ ਉਦੋਂ ਖੇਚ ਚੜ੍ਹਦੀ ਹੈ ਕਿ ਇੱਕ ਰੋਟੀ, ਦੋ ਰੋਟੀਆਂ ਪਾਉਣੀਆਂ ਹੁੰਦੀਆਂ, ਸਿਰਫ ਮੰਨ ਲਓ ਪਾਈਆ ਕ ਪਨੀਰ ਅਤੇ ਦੋ ਰੋਟੀਆਂ ਖਾਂਦੇ ਆ, ਇੰਨੀ ਵੀ ਚੀਜ਼ ਨਾ ਪਵੇ ਫਿਰ ਕੀ ਫਾਇਦਾ ਜਾਨਵਰ ਰੱਖਣ ਦਾ। ਇਹਦਾ ਕਿਸੇ ਲਈ ਕੰਨ ਚੁੱਕ ਜਾਂਦਾ, ਕਿਸੇ ਲਈ ਕੰਨ ਸੁੱਟ ਜਾਂਦਾ, ਇਹਦੇ ਪਤਾ ਨਹੀਂ ਕੀ ਕੰਨ 'ਚ ਪ੍ਰੋਬਲਮ ਆ, ਕਦੀ ਚੁੱਕ ਜਾਂਦਾ, ਇਹਦਾ ਵੀ ਇੱਦਾਂ ਹੀ ਆ, ਆਹ ਹੁਣ ਕੰਨ ਥੱਲੇ ਆ, ਇਹ ਵੀ ਕਿਸੇ ਲਈ ਚੁੱਕ ਜਾਂਦਾ ਵਾ। ਚੱਲ ਸ਼ੁਕਰ ਆ ਤੂੰ ਪਤਾ ਗਈ, ਅਸੀਂ ਸਗੋਂ ਇਹਨਾਂ ਨੂੰ ਇਕੱਠੇ ਛੱਡਣਾ ਨਹੀਂ ਸੀਗਾ, ਫੀਮੇਲ ਇਹ ਵੀ ਹੀਟ 'ਤੇ ਆ, ਉਹ ਰਾਤੀ ਜਗ੍ਹਾ ਘੱਟ ਹੋਣ ਕਰਕੇ ਫਿਰ ਇਹਦੇ ਨਾਲ ਇਹਨੂੰ ਛੱਡਣਾ ਪਿਆ ਡਕੋਟੇ ਨੂੰ, ਅਤੇ ਅਸੀਂ ਇਹਨੂੰ ਵਾਕ ਕੀਤਾ ਸੀਗਾ ਦੋ ਚਾਰ ਦਿਨ ਤੋਂ ਵੀ ਹੀਟ 'ਤੇ ਆ, ਫਿਰ ਕਰੋਸਿੰਗ ਕਰਾਉਣੀ ਆ, ਇਹ ਤਾਂ ਇਕੱਠੇ ਰਹਿਣ ਜਾਨਵਰ, ਫਿਰ ਕੁੱਤਾ ਸਮੈਲ ਸੁੰਘ ਕੇ ਨੋਰਮਲ ਹੋ ਜਾਂਦਾ, ਫਿਰ ਕੁੱਤੀ ਕਰੋਸ ਨਹੀਂ ਕਰਦਾ, ਉਹ ਸਾਨੂੰ ਰਾਤੀ ਮਜਬੂਰੀ ਨੂੰ ਇਕੱਠੇ ਕਰਨੇ ਪਏ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਹੈਗੀ, ਜਾਨਵਰ ਮੇਰੇ ਕੋਲ ਜ਼ਿਆਦਾ ਵਾ, ਅਤੇ ਕੈਨਲ ਦਾ ਕੰਮ ਅਜੇ ਹਫ਼ਤੇ ਨੂੰ ਸ਼ੁਰੂ ਹੋਣਾ, ਕੈਨਲ ਬਣੇਗਾ ਤਾਂ ਫਿਰ ਸੈਟਿੰਗ ਆਉਣੀ ਹੁਣ, ਅਤੇ ਜੇ ਮੀਂਹ ਨਾ ਆਵੇ ਫਿਰ ਸਹੀ ਆ, ਫਿਰ ਮੇਰੇ ਕੋਲ ਫਿਰ ਤਾਂ ਪਿੰਜਰੇ ਬਣੇ ਪਏ ਆ, ਸਾਰੇ ਸੈੱਟ ਰਹਿੰਦੇ ਜਾਨਵਰ, ਮੀਂਹ ਦੇ ਵਿੱਚ ਬਹੁਤ ਤੰਗੀ ਆਉਂਦੀ ਹੈ। ਜੇ ਚਲੋ ਇਹ ਕਿ ਤਿੰਨ ਰੂਮ ਬਣੇ ਇੱਧਰ ਇਹਨਾਂ ਦੇ, ਅਤੇ ਮੈਂ ਤਾਂ ਵੈਸੇ ਜਦੋਂ ਚਾਰਜਰ ਅਤੇ ਲੀਡ ਲਿਆਂਦੀ ਸੀਗੀ ਉਦੋਂ ਉਹਨਾਂ ਦੋ ਵਾਸਤੇ ਆਹ ਮੈਂ ਸੈਟਅਪ ਬਣਾਇਆ ਸੀਗਾ, ਵੀ ਉਹਨਾਂ ਦੋ ਲਈ ਵਧੀਆ ਸੀਗਾ, ਅਤੇ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਵੱਧਦੇ ਵੱਧ ਗਏ, ਅਤੇ ਸ਼ੌਂਕ ਕਦੋਂ ਪ੍ਰੋਫੈਸ਼ਨ ਬਣ ਗਿਆ, ਹੁਣ ਤਾਰਾ ਵੀ ਲਿਆਉਣੀ ਆ, ਪਰ ਜਗ੍ਹਾ ਕਰਕੇ ਤਾਰਾ ਲਿਆ ਨਹੀਂ ਰਹੇ ਕਿਉਂਕਿ ਦੂਜਾ, ਅਤੇ ਹੁਣ ਦੇਖਦੇ ਹਾਂ ਕੈਨਲ ਦਾ ਕੰਮ ਸੈਟਅਪ ਕਰਕੇ ਫਿਰ ਤਾਰਾ ਲਿਆਉਣੀ ਆ, ਅਤੇ ਦੋ ਚਾਰ ਪੰਜ ਦਿਨ ਤੱਕ ਵੇਖਾਂਗੇ ਕਿਉਂਕਿ ਉਹ ਵੀ ਹੀਟ 'ਤੇ ਫੀਮੇਲ ਆਉਣ ਵਾਲੀ ਹੈ, ਅਤੇ ਲਿਆਉਣੀ ਤਾਂ ਪੈਣੀ ਉਹ ਵੀ, ਅਤੇ ਫਿਰ ਦੇਖਦੇ ਹਾਂ ਚਾਰ ਪੰਜ ਦਿਨ ਤੱਕ ਜਦੋਂ ਵੀ ਕਿਆ, ਅਤੇ ਇੱਕ ਦੋ ਫੀਮੇਲ ਹੋਰ ਲਈ ਪਈ ਆ, ਉਹ ਵੀ ਲਿਆਉਣ ਵਾਲੀ ਆ, ਅਤੇ ਕੈਨਲ ਕਰਕੇ ਸੈਟਅਪ ਕਰਕੇ ਲਿਆਉਣ ਨਹੀਂ ਦਿਆ ਮੈਂ। ਠੀਕ ਆ ਜੀ, ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ, ਉਹਨਾਂ ਨੂੰ ਘੁਮਾ ਲਈ ਚਾਰਜਰ ਨੂੰ ਕਾਲਾ ਪਿਆ।